ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਝਾਮਪੁਰ 'ਚ ਨਵੀਂ ਬਣੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ 10 ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ ਦੀ ਇਮਾਰਤ ਬਣਾਈ ਗਈ ਹੈ। ਇਹ 10 ਲੱਖ ਰੁਪਏ ਸਰਕਾਰੀ ਗ੍ਰਾਂਟ ਨਹੀਂ ਸੀ, ਵਿਧਾਇਕ ਨੇ ਆਪਣੇ ਵੱਲੋਂ ਲਗਾਏ ਨੇ। ਉਹਨਾਂ ਨੇ ਕਿਹਾ ਕਿ ਇਸ ਨਵੀਂ ਬਣੀ ਧਰਮਸ਼ਾਲਾ ਵਿੱਚ ਹੁਣ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਕਰਨਾ ਨਹੀਂ ਪਵੇਗਾ। ਜੇਕਰ ਪਿੰਡ ਵਾਸੀਆਂ ਨੂੰ ਕੋਈ ਵੀ ਸਮੱਸਿਆ ਆ ਰਹੀ ਹੈ ਤਾਂ ਉਹ ਉਹਨਾਂ ਦੇ ਧਿਆਨ ਵਿੱਚ ਲਿਆਉਣ, ਜਿਸ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ। MLA ਸਾਹਿਬ ਦਾ ਪਹਿਲਾਂ ਤੋਂ ਪਿੰਡ ਆਉਣ 'ਤੇ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਡੀ ਬਹੁਤ ਦੇਰ ਦੀ ਡਿਮਾਂਡ ਸੀਗੀ ਧਰਮਸ਼ਾਲਾ ਦੀ, ਇਹਦੀ ਬਹੁਤ ਹਾਲਤ ਖਰਾਬ ਸੀਗੀ, ਅਤੇ MLA ਸਾਹਿਬ ਨੇ ਇਹ ਸਾਡੀ ਬਿਲਡਿੰਗ ਨਵੀਂ ਤਿਆਰ ਬਣ ਗਈ ਹੈ ਅਤੇ ਉਰੇ ਹੁਣ ਪਿੰਡ ਦੇ ਕੋਈ ਵੀ ਬੰਦਾ ਆ ਕੇ ਕੋਈ ਵੀ ਫੰਕਸ਼ਨ ਕਰ ਸਕਦਾ ਹੈ। MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਕਿੰਨੇ ਪੈਸੇ ਲੱਗੇ ਆ ਇਹ ਪੂਰੀ ਧਰਮਸ਼ਾਲਾ ਬਣਾਉਣ? ਇਸ ਧਰਮਸ਼ਾਲਾ 'ਤੇ 10 ਲੱਖ ਤੋਂ ਵੀ ਮਤਲਬ ਕਿ ਵੱਧ ਪੈਸੇ ਲੱਗ ਚੁੱਕੇ ਨੇ, ਅਤੇ ਹਲੇ ਹੋਰ ਵੀ ਥੋੜ੍ਹਾ ਮੋਟਾ ਕੰਮ ਰਹਿੰਦਾ ਹੈ, ਉਹ ਵੀ ਕੰਪਲੀਟ ਹੋ ਜਾਏਗਾ। ਹਾਂਜੀ, ਬਹੁਤ ਬਹੁਤ ਧੰਨਵਾਦ MLA ਸਾਹਿਬ ਦਾ। ਇੱਕ ਤਾਂ ਸਾਡੇ ਪਿੰਡ ਦੀ ਆਂਗਨਵਾੜੀ ਹੈਗੀ ਹੈ, ਸਾਡੇ ਪਾਸ ਜ਼ਮੀਨ ਹੈਗੀ ਆਂਗਨਵਾੜੀ ਵਾਸਤੇ, ਉਹਦਾ ਆਂਗਨਵਾੜੀ ਸੈਂਟਰ ਬਣਨਾ ਚਾਹੀਦਾ ਸਾਡੇ ਪਿੰਡ ਦਾ। ਅਤੇ ਸਾਡੇ ਇੱਕ ਗਰਾਊਂਡ ਦੀ ਸਾਡੇ ਪਾਸ ਜ਼ਮੀਨ ਵੀ ਹੈਗੀ ਪਿੰਡ ਦੀ, ਉੱਥੇ ਸਾਡੇ ਇੱਕ ਬੱਚਿਆਂ ਵਾਸਤੇ ਖੇਡਣ ਦਾ ਗਰਾਊਂਡ ਬਣਨਾ ਚਾਹੀਦਾ, ਇਹ ਸਾਡੀਆਂ ਡਿਮਾਂਡਾਂ ਸੀਗੀਆਂ। ਅਸੀਂ ਆਸ ਕਰਦੇ ਹਾਂ ਕਿ MLA ਸਾਹਿਬ ਸਾਡੇ ਬਹੁਤ ਜਲਦੀ ਇਹ ਸਾਡੀਆਂ ਡਿਮਾਂਡਾਂ ਸਾਡੀਆਂ ਪੂਰੀਆਂ ਕਰਨਗੇ। MLA ਸਾਹਿਬ ਨੇ ਕਿਹਾ ਵੀ ਸਾਨੂੰ ਦੱਸੋ ਜੋ ਤੁਹਾਨੂੰ ਚਾਹੀਦਾ ਹੈਗਾ, ਅਸੀਂ ਤੁਹਾਡਾ ਪਹਿਲ ਦੇ ਆਧਾਰ 'ਤੇ ਤੁਹਾਡੇ ਪਿੰਡ ਦਾ ਸਾਰਾ ਮਸਲਾ ਹੱਲ ਕਰਨਗੇ ਅਤੇ ਜੋ ਵੀ ਕੰਮ ਰਹਿੰਦੇ ਨੇ ਉਹ ਵੀ ਪੂਰੇ ਕਰਨਗੇ। ਇਸ ਤੋਂ ਇਲਾਵਾ ਸਾਡੇ ਪਿੰਡ ਹੋਰ 2 ਮਕਾਨਾਂ ਦਾ ਕੰਮ ਚੱਲ ਰਿਹਾ, 1 ਕੰਪਲੀਟ ਹੋ ਗਿਆ, 1 ਦਾ ਹਲੇ ਕੰਮ ਸ਼ੁਰੂ ਹੋਣਾ ਹੈ। MLA ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਪਿੰਡ ਦੇ ਗਰੀਬ ਲੋਕ ਸੀਗੇ ਜਿਨ੍ਹਾਂ ਦੇ ਮਕਾਨ ਬਣਨ ਵਾਲੇ ਸੀਗੇ, ਉਹਨਾਂ ਦਾ ਲੈਂਟਰ ਪੈ ਕੇ ਤਿਆਰ ਹੋ ਗਿਆ ਹੈ ਜੀ, ਹੁਣ ਥੋੜ੍ਹਾ ਮਤਲਬ ਕਿ ਖੁੱਲ੍ਹ ਜਾਏਗਾ ਲੈਂਟਰ ਉਹਨਾਂ ਦਾ, ਉਹ ਵੀ ਕੰਮ ਕੰਪਲੀਟ ਹੋ ਜਾਏਗਾ ਜੀ। ਬਹੁਤ ਬਹੁਤ ਧੰਨਵਾਦ ਜੀ। ਦੇਖੋ, ਗੁਰੂ ਮਹਾਰਾਜ ਦੀ ਓਟ ਆਸਰਾ ਲੈ ਕੇ ਅਸੀਂ ਇਹ ਧਰਮਸ਼ਾਲਾ ਦਾ ਜਿਹੜਾ ਕੰਮ ਸੀ ਇਹ ਪਿਛਲੇ ਦਿਨ ਹੀ ਸ਼ੁਰੂ ਕਰਾਇਆ ਸੀ ਅਤੇ ਅੱਜ ਇਹ ਮੁਕੰਮਲ ਹੋ ਗਿਆ। 10 ਲੱਖ ਰੁਪਏ ਦੇ ਕਰੀਬ ਧਰਮਸ਼ਾਲਾ 'ਤੇ ਲੱਗਿਆ ਔਰ ਇਹ 10 ਲੱਖ ਰੁਪਈਆ ਜਿਹੜਾ ਲਾਇਆ ਗਿਆ ਇਹ ਕੁਛ ਮੈਂ ਆਪਣੇ ਵੱਲੋਂ ਅਤੇ ਕੁਛ ਮੈਂ ਆਪਣੇ ਮਿੱਤਰਾਂ ਦੋਸਤਾਂ ਦੇ ਕੋਲੋਂ ਇਕੱਠਾ ਕਰਕੇ ਲਾਇਆ। ਇਹ ਸਰਕਾਰੀ ਗ੍ਰਾਂਟ ਨਹੀਂ ਸੀ, ਨਾ ਹੀ ਕੋਈ ਪੰਚਾਇਤ ਦੀ ਗ੍ਰਾਂਟ ਸੀ, ਕਿਉਂਕਿ ਧਰਮਸ਼ਾਲਾ ਦੀ ਬਹੁਤ ਜ਼ਰੂਰਤ ਸੀ ਇੱਥੇ ਪਿੰਡ ਵਾਸੀਆਂ ਨੂੰ, ਅਤੇ ਇਸ ਕਰਕੇ ਜਿਹੜੀ ਇਹ ਧਰਮਸ਼ਾਲਾ ਹੈ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਬਣੀ ਆ ਅਤੇ ਬਣਾ ਕੇ ਦਿੱਤੀ ਆ ਔਰ ਅੱਜ ਮੈਂ ਵਧਾਈ ਦਿੰਦਾ ਸਾਰੇ ਪਿੰਡ ਵਾਸੀਆਂ ਨੂੰ ਵੀ ਇਹਨਾਂ ਨੂੰ ਇਹ ਨਵੀਂ ਧਰਮਸ਼ਾਲਾ ਮਿਲੀ ਆ ਜਿੱਥੇ ਇਹ ਬੈਠ ਕੇ ਆਪਣੇ ਪ੍ਰੋਗਰਾਮ ਕਰ ਸਕਣਗੇ, ਵਿਆਹ ਸ਼ਾਦੀ ਕਰ ਸਕਣਗੇ ਅਤੇ ਹੋਰ ਵੀ ਜਿਹੜੇ ਸਿਰ ਜੋੜ ਕੇ ਬੈਠ ਕੇ ਜਿਹੜਾ ਵੀ ਇਹਨਾਂ ਦੀ ਕਮਿਊਨਿਟੀ ਵਾਸਤੇ ਕੋਈ ਡਿਸਕਸ਼ਨ ਕਰਨੀ ਹੈ ਜਾਂ ਗੱਲਾਂ ਬਾਤਾਂ ਕਰਨੀਆਂ ਉਹ ਕਰ ਸਕਣਗੇ। ਦੇਖੋ, ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਬਣੀ ਆ ਉਦੋਂ ਤੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੀ ਹੈ ਅਤੇ ਲੋਕਾਂ ਦੇ ਕੰਮ ਕਰ ਰਹੀ ਆ ਔਰ ਜਿਹੜੇ ਕੰਮਾਂ ਦੀ ਲੋਕਾਂ ਨੂੰ ਜ਼ਰੂਰਤ ਉਹ ਪੂਰਾ ਕਰ ਰਹੀ ਹੈ, ਭਾਵੇਂ ਉਹ ਹਸਪਤਾਲ ਹੋਣ, ਭਾਵੇਂ ਉਹ ਜਿਹੜੇ ਸਕੂਲ ਹੋਣ ਅਤੇ ਹੈਲਥ ਸੇਵਾਵਾਂ, ਐਜੂਕੇਸ਼ਨ ਸੇਵਾਵਾਂ ਲਗਾਤਾਰ ਦੇ ਰਹੀ ਆ ਅਤੇ ਇੱਦਾਂ ਹੀ ਜਿਹੜੇ ਵੀ ਲੋਕਾਂ ਦੇ ਆਂਗਨਵਾੜੀ ਨੇ, ਭਾਵੇਂ ਧਰਮਸ਼ਾਲਾਵਾਂ ਨੇ, ਇੱਦਾਂ ਦੇ ਜਿੱਥੇ ਜਿੱਥੇ ਵੀ ਲੋਕਾਂ ਨੂੰ ਜ਼ਰੂਰਤ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਟਾਈਮ ਬਹੁਤ ਘੱਟ ਹੋਇਆ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਜਿਹੜੇ 2-3 ਸਾਲ ਬਚ ਗਏ, ਵੀ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕਿਸੇ ਦੀ ਵੀ ਕੋਈ ਮੰਗ ਆ ਜਿਹੜੀ ਬਚੂਗੀ। ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਮਾਨਯੋਗ ਭਗਵੰਤ ਸਿੰਘ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਜਿਹੜੀ ਕੰਮ ਕਰ ਰਹੀ ਆ ਉਹ ਪੂਰੀ ਕਰੂਗੀ।